ਬਹੁਤ ਸਾਰੇ ਸਟੂਡੈਂਟਸ ਦੇ ਚਾਹ ਤੇ ਦਿਲ ਦੇ ਅਰਮਾਨ ਰਹਿ ਜਾਂਦੇ ਕਿ ਜਦੋਂ ਉਹਦਾ ਵੀਜ਼ਾ ਨਹੀਂ ਲੱਗਦਾ ਜਾਂ ਐਪਲੀਕੇਸ਼ਨ ਐਲੀਜੀਬਲ ਨਹੀਂ ਹੁੰਦੀ ਜਾਂ ਕਿਸੇ ਕੰਸਲਟੈਂਟ ਦੇ ਥੜੇ ਚੜਦਾ ਉਹਨੂੰ ਨਾ ਸੁਣਨ ਨੂੰ ਬਹੁਤ ਜ਼ਿਆਦਾ ਗੈਪ ਆ ਚੁੱਕਾ ਹੈ। ਅਗਰ ਤੁਸੀਂ ਕੋਈ ਵੀ ਜੌਬ ਕੀਤੀ ਹੈ ਉਹਦਾ ਐਕਸਪੀਰੀਅੰਸ ਲੈਟਰ ਤੁਸੀਂ ਲਗਾਉਂਦੇ ਹੋ ਉਹ ਐਕਸੈਪਟੇਬਲ ਹੈ। ਇੰਟਰਵਿਊ ਹੋਈ ਹੈ ਉਹਨਾਂ ਨੇ ਨਹੀਂ ਸਿਲੈਕਟ ਕੀਤਾ ਦੈਟ ਡਸਨਟ ਮੀਨ ਕਿ ਤੁਸੀਂ ਕਦੀ ਕਿਤੇ ਜੌਬ ਨਹੀਂ ਕਰ ਸਕਦੇ। ਕਿਸੇ ਦਾ 12-15 ਸਾਲ ਦਾ ਗੈਪ ਹੈ ਉਹ ਗੈਪ ਵੀ ਐਕਸੈਪਟੇਬਲ ਹੁੰਦੇ ਆ, ਸਿਰਫ ਤੁਹਾਨੂੰ ਇੱਕ ਚੰਗੀ ਰੀਪ੍ਰੈਜ਼ੈਂਟੇਸ਼ਨ ਤੇ ਇੱਕ ਚੰਗੇ ਕੰਸਲਟੈਂਟ ਦੀ ਲੋੜ ਹੁੰਦੀ। ਉਹ ਕਹਿੰਦੇ ਨਾ ਕਿ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਦਰਵਾਜ਼ਾ ਬੰਦ ਹੁੰਦਾ ਤੇ ਪਰਮਾਤਮਾ 10 ਦਰਵਾਜ਼ੇ ਹੋਰ ਖੋਲ ਦਿੰਦਾ। ਸਿਰਫ ਲੋੜ ਇਹ ਹੁੰਦੀ ਹੈ ਕਿ ਇੰਤਜ਼ਾਰ ਕਰਨ ਦੀ ਤੇ ਸਹੀ ਦਰਵਾਜ਼ਾ ਖੁੱਲਣ ਦੀ। ਇਸੇ ਤਰੀਕੇ ਦੇ ਨਾਲ ਨਾਲ ਹਰ ਇੱਕ ਤਰ੍ਹਾਂ ਦੀ ਐਪਲੀਕੇਸ਼ਨ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਚਾਹੇ ਕਿਸੇ ਦੀ ਪੜ੍ਹਾਈ ਦੇ ਵਿੱਚ ਗੈਪ ਆ ਚੁੱਕਾ, ਚਾਹੇ ਕਿਸੇ ਦੇ ਬੈਂਡ ਸਕੋਰ ਘੱਟ ਹੈ ਜਾਂ ਫਾਈਲ ਰਿਫਿਊਜ਼ ਹੋ ਗਈ ਹੈ, ਸੋ ਐਂਡ ਸੋ ਬਹੁਤ ਸਾਰੇ ਕਾਰਨਾਂ ਕਰਕੇ ਸਟੂਡੈਂਟ ਕਿਤਨਾ ਕਿਤੇ ਹਿੰਮਤ ਹਾਰ ਜਾਂਦਾ ਹੈ ਇਸ ਕਮੀ ਕਰਕੇ, ਪਤਾ ਨਹੀਂ ਮੇਰੀ ਫਾਈਲ ਲੱਗਣੀ ਹੈ ਕਿ ਨਹੀਂ। ਅੱਜ ਦੀ ਡਿਸਕਸ਼ਨ ਕਰਾਂਗੇ ਜੀ ਰਿਗਾਰਡਿੰਗ ਸਟੂਡੈਂਟ ਦੀ ਪਹਿਲੀ ਪਸੰਦ, ਕੈਨੇਡਾ ਸਟੂਡੈਂਟ ਵੀਜ਼ਾ। ਹਰ ਇੱਕ ਸਟੂਡੈਂਟ ਦਾ ਚਾਅ ਰਹਿੰਦਾ ਹੈ ਕਿ ਮੈਂ ਕੈਨੇਡਾ ਜਾ ਕੇ ਪੜ੍ਹਾਈ ਕਰਾਂ, ਤੇ ਹਰ ਦੂਜੇ ਘਰ ਦੇ ਵਿੱਚੋਂ ਕੋਈ ਨਾ ਕੋਈ ਐਸਾ ਐਪਲੀਕੈਂਟ ਹੁੰਦਾ ਹੈ ਕਿ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜਾਂ ਖੁਦ ਉਹ ਕੈਨੇਡਾ ਗਏ। ਤੋ ਬਹੁਤ ਸਾਰੇ ਸਟੂਡੈਂਟਸ ਦੇ ਚਾਹ ਤੇ ਦਿਲ ਦੇ ਅਰਮਾਨ ਰਹਿ ਜਾਂਦੇ ਕਿ ਜਦੋਂ ਉਹਦਾ ਵੀਜ਼ਾ ਨਹੀਂ ਲੱਗਦਾ ਜਾਂ ਐਪਲੀਕੇਸ਼ਨ ਐਲੀਜੀਬਲ ਨਹੀਂ ਹੁੰਦੀ ਜਾਂ ਕਿਸੇ ਕੰਸਲਟੈਂਟ ਦੇ ਥੜੇ ਚੜਦਾ ਉਹਨੂੰ ਨਾ ਸੁਣਨ ਨੂੰ। ਅੱਜ ਉਹੀ ਪ੍ਰੋਬਲਮਸ ਦੇ ਸੋਲੂਸ਼ਨਸ ਦੀ ਗੱਲ ਕਰਾਂਗੇ। ਬਹੁਤ ਸਾਰੇ ਐਪਲੀਕੈਂਟ ਇੱਦਾਂ ਦੇ ਆ ਕਿ ਸੋਚਦੇ ਆ ਕਿ ਮੈਂ ਪੜ੍ਹਾਈ ਕਰਨ ਜਾਣਾ ਚਾਹੁੰਦਾ ਬਟ ਮੇਰੀ ਪੜ੍ਹਾਈ ਦੇ ਵਿੱਚ ਗੈਪ ਹੈ। ਐਗਜ਼ਾਮਪਲ ਕਿਸੇ ਦਾ 12-15 ਸਾਲ ਦਾ ਗੈਪ ਹੈ, ਉਹ ਗੈਪ ਵੀ ਐਕਸੈਪਟੇਬਲ ਹੁੰਦੇ ਆ, ਸਿਰਫ ਤੁਹਾਨੂੰ ਇੱਕ ਚੰਗੀ ਰੀਪ੍ਰੈਜ਼ੈਂਟੇਸ਼ਨ ਤੇ ਇੱਕ ਚੰਗੇ ਕੰਸਲਟੈਂਟ ਦੀ ਲੋੜ ਹੁੰਦੀ, ਫਿਰ ਉਹ ਗੈਪ ਐਕਸੈਪਟੇਬਲ ਹੁੰਦਾ। ਸਿਰਫ ਇੱਕ ਵੀਜ਼ਾ ਆਫੀਸਰ ਨੂੰ ਕਨਵਿੰਸ ਕਰਨ ਦਾ ਤਰੀਕਾ ਹੈ ਜੀ, ਦੱਸਣਾ ਪੈਂਦਾ ਹੈ ਕਿ ਉਸ ਗੈਪ ਦੇ ਵਿੱਚ ਤੁਸੀਂ ਕੀ ਕੀਤਾ। ਬਹੁਤ ਸਾਰੇ ਵਿਦਵਾਨ ਕਹਿੰਦੇ ਆ ਜੀ ਆਹ ਚੀਜ਼ ਨਹੀਂ ਕਰਨੀ ਚਾਹੀਦੀ, ਉਹ ਨਹੀਂ ਕਰਨੀ ਚਾਹੀਦੀ। ਐਗਜ਼ਾਮਪਲ ਅਗਰ ਮੈਂ ਕੋਈ ਕੁਆਲੀਫਿਕੇਸ਼ਨ ਕੀਤੀ ਹੈ ਲਾਈਕ 12th ਆ, ਗ੍ਰੈਜੂਏਟ ਆ ਜਾਂ ਮਾਸਟਰਸ ਆ, 15 ਸਾਲ ਹੋ ਗਏ ਮੈਂ ਕੁਛ ਨਹੀਂ ਕੀਤਾ, ਆਫੀਸਰ ਵੀ ਸੋਚਦਾ ਅੱਜ ਪਰਮਾਤਮਾ ਨੇ ਕਿਹੜੀ ਤੇਰੇ ਤੇ ਮਿਹਰ ਕਰਤੀ ਕਿ ਤੂੰ ਕਹਿੰਦਾ ਕਿ ਮੈਂ ਆਪਦੀ ਪੜ੍ਹਾਈ ਕਰਨ ਜਾਣਾ ਚਾਹੁੰਦਾ ਤੇ ਜਾਣਾ ਵੀ ਬਾਹਰਲੇ ਮੁਲਕ ਹੈ। ਜਦ ਤੱਕ ਅਸੀਂ ਉਹਨੂੰ ਜਸਟੀਫਾਈ ਨਹੀਂ ਕਰਾਂਗੇ ਵੀਜ਼ਾਸ ਨਹੀਂ ਲੱਗਣੇ। ਐਗਜ਼ਾਮਪਲ ਤੁਸੀਂ ਕੋਈ ਜੌਬ ਕੀਤੀ ਹੈ ਉਹ 12-15 ਸਾਲ ਦੇ ਗੈਪ ਦੇ ਵਿੱਚ, ਸੋ ਮੈਂ ਜ਼ਿਆਦਾ ਡਿਊਰੇਸ਼ਨ ਇਸ ਲਈ ਦੱਸ ਰਿਹਾ ਕਿ ਜਿਹੜੇ ਘੱਟ ਗੈਪ ਵਾਲੇ ਵੀ ਇਸੇ ਦੇ ਅੰਡਰ ਕਵਰ ਹੋ ਜਾਣ। ਬਹੁਤ ਜ਼ਿਆਦਾ ਗੈਪ ਆ ਚੁੱਕਾ। ਅਗਰ ਤੁਸੀਂ ਕੋਈ ਵੀ ਜੌਬ ਕੀਤੀ ਹੈ ਉਹਦਾ ਐਕਸਪੀਰੀਅੰਸ ਲੈਟਰ ਤੁਸੀਂ ਲਗਾਉਂਦੇ ਹੋ ਉਹ ਐਕਸੈਪਟੇਬਲ ਹੈ। ਫੈਮਿਲੀ ਬਿਜ਼ਨਸ ਦੇ ਵਿੱਚ ਹੈਲਪ ਕੀਤੀ ਹੈ ਉਹ ਐਕਸੈਪਟੇਬਲ ਹੈ, ਫਾਈਲ ਬਿਲਕੁਲ ਲਾ ਸਕਦੇ ਹੋ। ਕੋਈ ਐਨਜੀਓ ਦੇ ਵਿੱਚ ਤੁਸੀਂ ਵਰਕ ਕੀਤਾ ਹੈ, ਸੋਸ਼ਲ ਵਰਕ ਕਰੇ ਨੇ, ਉਹ ਵੀ ਦੱਸ ਸਕਦੇ ਹੋ। ਮਤਲਬ ਕਿ ਉਹ 12-15 ਸਾਲ ਦੀ ਡਿਊਰੇਸ਼ਨ ਦੇ ਵਿੱਚ ਤੁਸੀਂ ਕੀ ਕੀਤਾ, ਵੀਜ਼ਾ ਆਫੀਸਰ ਨੂੰ ਤੁਸੀਂ ਦੱਸਦੇ ਹੋ, ਉਹ ਗੈਪ ਤੁਹਾਡਾ ਜਸਟੀਫਾਈ ਹੁੰਦਾ ਹੈ ਜਿਹਦੇ ਨਾਲ ਵੀਜ਼ਾਸ ਮਿਲਦੇ ਨੇ। ਸੈਕਿੰਡ ਆਪਾਂ ਗੱਲ ਕਰਦੇ ਹਾਂ ਜੀ ਐਪਲੀਕੇਸ਼ਨ ਰਿਫਿਊਜ਼। ਜਦੋਂ ਵੀਜ਼ਾ ਰਿਫਿਊਜ਼ ਹੁੰਦਾ ਕਿਤੇ ਨਾ ਕਿਤੇ ਦਿਲ ਟੁੱਟਦਾ ਸਟੂਡੈਂਟ ਦਾ ਤੇ ਉਹਦੇ ਪਰਿਵਾਰਕ ਮੈਂਬਰਾਂ ਦਾ। ਵੀਜ਼ਾ ਰਿਫਿਊਜ਼ ਹੋ ਗਿਆ, ਹੁਣ ਪਤਾ ਨਹੀਂ ਕੀ ਹੋਊਗਾ, ਕੀ ਕਰਨਾ ਕੀ ਨਹੀਂ ਕਰਨਾ। ਵੀਜ਼ਾ ਰਿਫਿਊਜ਼ ਹੋਣਾ ਕੋਈ ਕ੍ਰਾਈਮ ਨਹੀਂ ਹੈ, ਕਿਸੇ ਨਾ ਕਿਸੇ ਕਮੀ ਕਰਕੇ ਦਾਖਲਾ ਰੱਦ ਕਰ ਦਿੰਦੀ ਐਂਬੈਸੀ। ਮਤਲਬ ਤੁਸੀਂ ਐਗਜ਼ਾਮਪਲ ਦੇਣਾ ਕਿ ਜੌਬ ਕਰਨ ਜਾ ਰਹੇ ਹੋ, ਜੌਬ ਕਰਨ ਗਏ ਹੋ ਜੀ, ਇੰਟਰਵਿਊ ਹੋਈ ਹੈ, ਉਹਨਾਂ ਨੇ ਨਹੀਂ ਸਿਲੈਕਟ ਕੀਤਾ, ਦੈਟ ਡਸਨਟ ਮੀਨ ਕਿ ਤੁਸੀਂ ਕਦੀ ਕਿਤੇ ਜੌਬ ਨਹੀਂ ਕਰ ਸਕਦੇ। ਅਗਰ ਕਿਸੇ ਕੰਪਨੀ ਦੀ ਰਿਕੁਆਇਰਮੈਂਟ ਹੈਗੀ ਤੁਹਾਡੀ ਕੁਆਲੀਫਿਕੇਸ਼ਨ ਤੋਂ ਵੱਧ, ਐਗਜ਼ਾਮਪਲ ਤੁਸੀਂ ਬੈਚਲਰਸ ਕਰ ਚੁੱਕੇ ਹੋ, ਕਿਸੇ ਕੰਪਨੀ ਨੇ ਮੰਗਿਆ ਕਿ ਮੈਨੂੰ ਮਾਸਟਰਸ ਐਪਲੀਕੈਂਟ ਚਾਹੀਦੇ, ਉੱਥੇ ਮਾਸਟਰਸ ਵਾਲਾ ਹੀ ਫਿੱਟ ਹੋਏਗਾ, ਅਦਰਵਾਈਜ਼ ਜਿੱਥੇ ਲੱਗਦਾ ਹੈ ਕਿ ਜਿਹੜਾ ਬੈਚਲਰਸ ਨੂੰ ਐਕਸੈਪਟ ਕਰ ਰਿਹਾ ਉੱਥੇ ਜੌਬ ਮਿਲ ਜਾਂਦੀ। ਅਗਰ ਐਗਜ਼ਾਮਪਲ ਤੁਹਾਡਾ ਐਕਸਪੀਰੀਅੰਸ ਘੱਟ ਹੈ, ਐਕਸਪੀਰੀਅੰਸ ਜਾਂ ਤੇ ਤੁਸੀਂ ਬੈਚਲਰਸ ਤੋਂ ਮਾਸਟਰ ਹੋ ਜਾਓ ਜਾਂ ਆਪਦਾ ਐਕਸਪੀਰੀਅੰਸ ਵਧਾ ਲਓ ਜਾਂ ਫਿਰ ਕੰਪਨੀ ਚੇਂਜ ਕਰ ਦਿਓ, ਬਿਲਕੁਲ ਵੀਜ਼ਾਸ ਵੀ ਇਸੇ ਤਰੀਕੇ ਨਾਲ ਮਿਲਦੇ ਆ। ਅਗਰ ਐਗਜ਼ਾਮਪਲ ਯੂਨੀਵਰਸਿਟੀ ਏ ਹੈ ਜਿਹਦੀ ਅਕੈਡਮਿਕਸ ਦੀ ਰਿਕੁਆਇਰਮੈਂਟ ਹੈਗੀ ਹੈ 70%, ਉਹ ਅਗਰ ਦਾਖਲਾ ਤੁਹਾਨੂੰ ਨਹੀਂ ਦੇ ਰਹੀ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਦਾਖਲਾ ਨਹੀਂ ਮਿਲੂਗਾ। ਤੁਸੀਂ ਕਿਸੇ ਹੋਰ ਯੂਨੀਵਰਸਿਟੀ ਦੇ ਵਿੱਚ ਦੇਖੋ ਕਿ ਜਿਹਦੀ ਰਿਕੁਆਇਰਮੈਂਟ ਘੱਟ ਹੈ, ਚਾਹੇ ਯੂਨੀਵਰਸਿਟੀ ਬੀ ਹੈ ਜਾਂ ਕਾਲਜ ਬੀ ਹੈ ਜਾਂ ਸੀ ਹੈ, ਉਹਦੇ ਵਿੱਚ ਦਾਖਲਾ ਲਓ, ਕਾਲਜ ਯੂਨੀਵਰਸਿਟੀ ਵੀ ਐਕਸੈਪਟ ਕਰੇਗੀ ਤੇ ਵੀਜ਼ਾ ਵੀ ਮਿਲੇਗਾ। ਇਸ ਤੋਂ ਬਾਅਦ ਐਸੇ ਐਪਲੀਕੈਂਟ ਦੀ ਗੱਲ ਕਰਦੇ ਹਾਂ ਜਿਹੜੇ ਆਇਲਸ ਦੇ ਬੈਂਡ ਘੱਟ ਹੈ। ਅਗਰ 2023 ਸਟਾਰਟਿੰਗ ਤੋਂ ਚਾਹੀਏ, ਇਸ ਤੋਂ ਥੋੜਾ ਜਿਹਾ ਹੋਰ ਬੈਕ ਜਾਂਦੇ ਆ, ਰਿਕੁਆਇਰਮੈਂਟ ਸੀਗੀ 6 ਈਚ ਦੀ। 10 ਅਗਸਤ 2023 ਨੂੰ ਰੂਲ ਅਪਡੇਟ ਹੁੰਦੇ ਕਿ ਜਿਹਦੇ ਵਿੱਚ 6 ਈਚ ਨੂੰ ਘਟਾ ਕੇ 6 ਓਵਰਆਲ ਕੀਤਾ ਜਾਂਦਾ। ਦੈਟ ਮੀਨਸ ਕਿ ਗਵਰਨਮੈਂਟ ਚਾਹੁੰਦੀ ਹੈ ਕਿ ਜਿਹੜੇ ਬੱਚਿਆਂ ਦੇ 6 ਈਚ ਨਹੀਂ ਆ ਰਹੇ ਸੀ ਉਹ ਨੰਬਰ ਘੱਟ ਸੀਗਾ, ਅਸੀਂ 6 ਓਵਰਆਲ ਕਰੀਏ ਕਿ ਉਹ ਨੰਬਰ ਵੱਜੇ। ਅੱਜ ਕਈ ਐਪਲੀਕੈਂਟ ਐਸੇ, ਕਈ ਕਾਲਜਸ ਵੀ ਐਸੇ ਆ ਜਿਹੜੇ ਹਜੇ ਵੀ ਸਟਿਲ 6 ਈਚ ਲੈਂਦੇ ਆ। ਗ੍ਰੈਜੂਏਟ ਐਪਲੀਕੈਂਟ ਆ 6.5 ਓਵਰਆਲ 6 ਈਚ ਲੈਂਦੇ, ਬਟ ਸਟਿਲ ਵੀ ਹੈਵ ਗੁੱਡ ਆਪਸ਼ਨਸ। ਅਗਰ ਤੁਹਾਡੇ 45% ਵੀ ਮਾਰਕਸ ਨੇ ਤਾਂ ਵੀ ਸਾਡੇ ਕੋਲ ਸੋਲੂਸ਼ਨ ਹੈ। ਅਗਰ 6 ਓਵਰਆਲ ਹੈ, 2 ਚ 5.5 ਹੈ, 1 ਚ 5 ਹੈ, 1 ਚ 4 ਜਾਂ 4.5 ਹੈ ਤਾਂ ਵੀ ਆਪਸ਼ਨਸ ਹੈਗੀਆਂ। ਪੜ੍ਹਾਈ ਦੇ ਵਿੱਚ 15 ਸਾਲ ਦਾ ਗੈਪ ਹੈ ਤਾਂ ਵੀ ਆਪਸ਼ਨਸ ਹੈਗੀਆਂ, ਜਾਂ ਫਿਰ ਫਾਈਲ ਕੈਨੇਡਾ ਤੋਂ 8 ਜਾਂ 10 ਵਾਰ ਰਿਫਿਊਜ਼ ਕਰਾ ਲਈ ਤਾਂ ਵੀ ਆਪਸ਼ਨਸ ਹੈਗੀਆਂ। ਲੋੜ ਕੀ ਹੈ ਜੋ ਮੈਂ ਸਟਾਰਟਿੰਗ 'ਚ ਦੱਸਿਆ ਸੀ, ਇੱਕ ਸਹੀ ਦਰਵਾਜ਼ਾ ਲੱਭਣ ਦੀ। ਸੇਮ ਐਜ਼ ਇੱਕ ਚੰਗਾ ਕੰਸਲਟੈਂਟ,
ਤੇ ਤੁਹਾਡੀ ਪ੍ਰੋਫਾਈਲ ਨਾਲ ਸੂਟੇਬਲ ਕੋਰਸ ਜਾਂ ਕਾਲਜ ਸਿਲੈਕਟ ਕਰਨ ਦੀ ਹੈ। ਬਿਲਕੁਲ ਵੀਜ਼ਾਸ ਵੀ ਮਿਲਦੇ ਆ ਤੇ ਲਾਈਫ ਦੇ ਵਿੱਚ ਸਕਸੈਸ ਵੀ ਮਿਲਦੀ ਹੈ। ਫਿਰ ਚਾਹੇ ਉਹ ਇੰਡੀਆ ਦੀ ਗੱਲ ਕਰ ਲਈਏ, ਕਿਸੇ ਜੌਬ ਦੀ ਗੱਲ ਕਰੀਏ ਜਾਂ ਕੈਨੇਡਾ ਜਾਂ ਹੋਰ ਵਿਦੇਸ਼ੀ ਮੁਲਕਾਂ ਦੇ ਵਿੱਚ ਜਾ ਕੇ ਆਪਦੀ ਐਪਲੀਕੇਸ਼ਨ ਦਾ ਕਰੀਏ। ਸੋ ਹਮੇਸ਼ਾ ਕਾਮ ਰੋ, ਕਦੀ ਵੀ ਪੈਨਿਕ ਨਾ ਹੋਵੋ। ਸੋ ਸੋਚੋ ਠੰਡੇ ਦਿਮਾਗ ਦੇ ਨਾਲ ਕਿ ਤੁਹਾਡੇ ਲਈ ਕੀ ਆਪਸ਼ਨ ਚੰਗੀ ਹੈ। ਅਗਰ ਕੋਈ ਇੱਕ ਆਪਸ਼ਨ ਦੇ ਵਿੱਚ ਸੂਟੇਬਲ ਤੁਹਾਡੀ ਪ੍ਰੈਫਰੈਂਸ ਮੈਚ ਨਹੀਂ ਹੋ ਰਹੀ, ਹੋਰ ਆਪਸ਼ਨ ਲੱਭੋ, ਜਿੱਦਾਂ ਕਿ ਵੱਖਰਾ ਦਰਵਾਜ਼ਾ ਲੱਭਦੇ ਆ, ਸਕਸੈਸ ਵੀ ਜ਼ਰੂਰ ਆਏਗੀ। ਸੋ ਉਮੀਦ ਕਰਦਾ ਕਿ ਕਾਫੀ ਸਟੂਡੈਂਟਸ ਦੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲੇ ਹੋਣਗੇ। ਸੋ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਆਪਦੇ ਯਾਰਾਂ ਦੋਸਤਾਂ ਨਾਲ ਤੇ ਪਰਿਵਾਰਕ ਮੈਂਬਰਾਂ ਨਾਲ। ਧੰਨਵਾਦ।